हेलो माय डियर स्टूडेंट्स, दिस इज किरण बठारू वर्किंग एज एसएसटी मिस्ट्रेस एट गवर्नमेंट मिडिल स्कूल कासिमपुर शीना ऑफ डिस्ट्रिक्ट मानसा। फर्स्ट ऑफ ऑल आई वेलकम यू ऑल ऑन योर ओन यूट्यूब चैनल योर क्लासरूम एट होम। एज यू नो वी आर मेकिंग वीडियो लेसन्स फॉर द क्लासेस ऑफ थर्ड टू एट्थ एंड दीज वीडियो लेसन्स आर फॉर द सब्जेक्ट्स ऑफ मैथ्स इंग्लिश एंड एसएसटी। काइंडली सब्सक्राइब आवर यूट्यूब चैनल एंड प्रेस द बेल आइकन टू गेट मोर नोटिफिकेशन। Thank you so much. Have a nice day. Hello my dear students, how are you all? Hope you are doing good in studies. Yes beta, we have already completed your geography chapters 1 to 4 and today we are going to start MCQs of history from last number 10. Okay, is to pehla aapa ਜੋਗ੍ਰਾਫੀ ਦੇ ਚੈਪਟਰਸ ਜਿਹੜੇ ਸੀ ਚਾਰ ਉਹ ਕਰ ਚੁੱਕੇ ਹਾਂ ਐਮ ਸੀ ਕਿਊਜ਼, ਠੀਕ ਹੈ। ਅੱਜ ਆਪਾਂ ਹਿਸਟਰੀ ਦਾ 10 ਲੈਸਨ ਕਰ ਰਹੇ ਹਾਂ। ਓਕੇ, ਭਾਰਤ ਅਤੇ ਸੰਸਾਰ ਕਦੋਂ, ਕਿੱਥੇ ਅਤੇ ਕਿਵੇਂ। ਜੇ ਤੁਸੀਂ ਜੋਗ੍ਰਾਫੀ ਦੇ ਚੈਪਟਰ ਹਜੇ ਤੱਕ ਨਹੀਂ ਦੇਖੇ ਤਾਂ ਉਹ ਵੀ ਤੁਸੀਂ ਚੈਨਲ 'ਤੇ ਦੇਖ ਸਕਦੇ ਹਾਂ, ਚੈਨਲ ਸਬਸਕ੍ਰਾਈਬ ਕਰ ਲਓ ਅਤੇ ਦੇਖ ਲੈਣਾ ਉੱਥੋਂ, ਠੀਕ ਹੈ। ਹਾਂਜੀ, ਹੁਣ ਹੈਗਾ ਲੈਸਨ ਨੰਬਰ 10 ਦਾ ਫਸਟ ਕੁਐਸਚਨ। ਭਾਰਤੀ ਉਪ ਮਹਾਂਦੀਪ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਸ਼ਾਮਿਲ ਨਹੀਂ ਹੈ। ਹਾਂਜੀ, ਚਾਰ ਆਪਸ਼ਨ ਦਿੱਤੀਆਂ ਹੋਈਆਂ ਅਤੇ ਇਹਨਾਂ ਨੇ ਪੁੱਛਿਆ ਵੀ ਇਹਨਾਂ 'ਚੋਂ ਤੁਸੀਂ ਦੇਖ ਕੇ ਦੱਸਣਾ ਕਿ ਕਿਹੜਾ ਦੇਸ਼ ਭਾਰਤੀ ਉਪ ਮਹਾਂਦੀਪ ਵਿੱਚ ਨਹੀਂ ਸ਼ਾਮਿਲ ਹੈ। ਨੰਬਰ 1 'ਤੇ ਭੂਟਾਨ, ਨੰਬਰ 2 ਨੇਪਾਲ, ਨੰਬਰ 3 ਮਾਲਦੀਵ, ਨੰਬਰ 4 ਬੰਗਲਾਦੇਸ਼। ਹਾਂਜੀ, ਹੁਣ ਇਹਦੇ ਵਿੱਚੋਂ ਜਿਹੜੀ ਆਪਸ਼ਨ ਸਹੀ ਹੈ ਉਹ ਹੈਗੀ ਆਪਸ਼ਨ ਨੰਬਰ 3 ਮਾਲਦੀਵ, ਠੀਕ ਹੈ। ਕਿਉਂਕਿ ਜਿਹੜਾ ਭਾਰਤੀ ਉਪ ਮਹਾਂਦੀਪ ਹੈ ਉਹਨੂੰ ਪੂਰਵ ਕਾਲ ਦੇ ਵਿੱਚ ਆਪਾਂ ਕਿਸ ਨਾਮ ਨਾਲ ਜਾਣਦੇ ਸੀ, ਹਿੰਦੁਸਤਾਨ ਜਾਂ ਭਾਰਤ ਵਰਸ਼, ਠੀਕ ਹੈ। ਅਤੇ ਇਸ ਸਮੇਂ ਜਿਸ ਦੇ ਵਿੱਚ ਵਰਤਮਾਨ ਜਿਹੜੇ 6 ਦੇਸ਼ ਆ, ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਭਾਰਤ ਜਿਹੜੇ ਸੀ ਉਹ ਸ਼ਾਮਿਲ ਸੀ, ਠੀਕ ਹੈ। ਸੋ ਮਾਲਦੀਵ ਉਹਨਾਂ ਵਿੱਚ ਸ਼ਾਮਿਲ ਨਹੀਂ ਸੀ, ਠੀਕ ਹੈ। ਨੈਕਸਟ ਇਜ਼ ਕੁਐਸਚਨ ਨੰਬਰ 2। ਇੱਕ ਦਿਨ ਅਧਿਆਪਕ ਵਿਦਿਆਰਥੀਆਂ ਨੂੰ ਅਜਾਇਬ ਘਰ ਲੈ ਕੇ ਜਾਂਦੇ ਹਨ। ਅਚਾਨਕ ਉਹਨਾਂ ਦੀ ਨਜ਼ਰ ਸ਼ੀਸ਼ੇ ਦੇ ਬਕਸੇ ਵਿੱਚ ਰੱਖੇ ਕੁਝ ਸਿੱਕਿਆਂ 'ਤੇ ਪਈ। ਉਹਨਾਂ ਨੇ ਦੇਖਿਆ ਕਿ ਉਹਨਾਂ 'ਤੇ ਫਾਰਸੀ ਭਾਸ਼ਾ ਵਿੱਚ ਕੁਝ ਲਿਖਿਆ ਹੋਇਆ ਸੀ। ਕੀ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਇਹਨਾਂ ਸਿੱਕਿਆਂ ਦਾ ਸੰਬੰਧ ਇਤਿਹਾਸ ਦੇ ਕਿਸ ਕਾਲ ਨਾਲ ਹੋ ਸਕਦਾ ਹੈ। ਹਾਂਜੀ, ਇੱਧਰ ਪਿਕਚਰਸ ਵੀ ਕੋਇਨਸ ਦਿਖਾਏ ਹੋਏ ਆ, ਹੈ ਨਾ, ਸਿੱਕੇ ਦਿਖਾਏ ਹੋਏ ਆ। ਅਤੇ ਆਪਾਂ ਨੂੰ ਉਹਨਾਂ ਨੇ ਪੁੱਛਿਆ ਵੀ ਪ੍ਰਾਚੀਨ ਯੁੱਗ ਦੇ ਜਾਂ ਮੱਧਕਾਲੀਨ ਯੁੱਗ ਜਾਂ ਪੁਰਾਤਨ ਪੱਥਰ ਯੁੱਗ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਹਦਾ ਆਂਸਰ ਹੈਗਾ ਮੱਧਕਾਲੀਨ ਯੁੱਗ। ਹਾਂਜੀ, ਹੁਣ ਹਰੇਕ ਦੇਸ਼ ਦੇ ਜਿਹੜਾ ਇਤਿਹਾਸ ਆ ਉਹਨੂੰ 3 ਪ੍ਰਮੁੱਖ ਯੁੱਗਾਂ ਦੇ ਵਿੱਚ ਵੰਡਿਆ ਗਿਆ, ਠੀਕ ਹੈ। ਕਿਹੜੇ ਕਿਹੜੇ? ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ। ਨੋਟ ਕਰਦੇ ਰਹੋ ਨਾਲ ਨਾਲ, ਠੀਕ ਹੈ। 3 ਯੁੱਗਾਂ 'ਚ ਵੰਡਿਆ ਗਿਆ ਇਹਨਾਂ ਨੂੰ, ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ, ਠੀਕ ਹੈ। ਅਤੇ ਇਤਿਹਾਸ ਦੇ ਪ੍ਰਾਚੀਨ ਯੁੱਗ ਅਤੇ ਆਧੁਨਿਕ ਯੁੱਗ ਦਾ ਜਿਹੜਾ ਵਿਚਕਾਰਲਾ ਸਮਾਂ ਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਮੱਧਕਾਲੀਨ ਯੁੱਗ, ਠੀਕ ਹੈ। ਪੁਰਾਣਾ ਜਿਹੜਾ ਆ ਪ੍ਰਾਚੀਨ ਅਤੇ ਜਿਹੜਾ ਅੱਜ ਦਾ ਆ ਆਧੁਨਿਕ, ਇਹਦੇ ਵਿਚਕਾਰਲਾ ਸਮਾਂ ਜਿਹੜਾ ਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਮੱਧਕਾਲੀਨ ਸਮਾਂ, ਠੀਕ ਹੈ। ਅਤੇ ਭਾਰਤ ਦੇ ਵਿੱਚ ਇਹ ਕਦੋਂ ਤੋਂ ਕਦੋਂ ਤੱਕ ਮੰਨਿਆ ਗਿਆ? ਭਾਰਤ ਦੇ ਵਿੱਚ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਦਾ ਜਿਹੜਾ ਸਮਾਂ ਸੀ ਉਹਨੂੰ ਆਪਾਂ ਮੱਧਕਾਲੀਨ ਯੁੱਗ ਕਹਿੰਦੇ ਹਾਂ, ਠੀਕ ਹੈ। ਅਤੇ ਇਹਦੇ ਨਾਲ ਇੱਕ ਗੱਲ ਹੋਰ ਵੀ ਯਾਦ ਰੱਖਣੀ ਹੈ ਕਿ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਸਮੇਂ ਨੂੰ ਆਪਾਂ ਮੱਧਕਾਲੀਨ ਯੁੱਗ ਕਹਿੰਦੇ ਹਾਂ। ਅਤੇ ਦੂਸਰੀ ਗੱਲ ਇਹ ਕਿ ਜਿਹੜੀ 8ਵੀਂ ਸਦੀ ਆ ਉਹਨੂੰ ਪਰਿਵਰਤਨ ਦੀ ਸਦੀ ਵੀ ਮੰਨਿਆ ਗਿਆ ਆ, ਠੀਕ ਹੈ। ਕਿਉਂ ਮੰਨਿਆ ਗਿਆ? ਕਿਉਂਕਿ ਇਸ ਸਮੇਂ ਦੇ ਦੌਰਾਨ ਹਰੇਕ ਖੇਤਰ ਦੇ ਵਿੱਚ ਤਬਦੀਲੀਆਂ ਹੋਈਆਂ ਸੀ, ਜਿਸ ਤਰ੍ਹਾਂ ਸਮਾਜਿਕ ਦੇ, ਰਾਜਨੀਤਿਕ ਜਾਂ ਅਰਥ ਵਿਵਸਥਾ, ਸੱਭਿਆਚਾਰ, ਧਰਮ, ਠੀਕ ਹੈ, ਹਰੇਕ ਖੇਤਰ 'ਚ ਤਬਦੀਲੀਆਂ ਆਈਆਂ ਸੀ। ਅਤੇ ਜਿਹੜਾ ਮੱਧਕਾਲੀਨ ਯੁੱਗ ਆ ਉਹਨੂੰ ਵੀ 2 ਹਿੱਸਿਆਂ 'ਚ ਵੰਡਿਆ ਗਿਆ, ਠੀਕ ਹੈ। ਮੁੱਢਲਾ ਮੱਧਕਾਲੀਨ ਯੁੱਗ ਉਹਨੂੰ ਕਹਿ ਦਿੰਦੇ ਆਪਾਂ ਅਤੇ ਦੂਸਰੇ ਨੂੰ ਉੱਤਰ ਮੱਧਕਾਲੀਨ ਯੁੱਗ ਕਹਿ ਦਿੰਦੇ ਹਾਂ। 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤੱਕ ਦੇ ਸਮੇਂ ਨੂੰ ਆਪਾਂ ਮੁੱਢਲਾ ਮੱਧਕਾਲੀਨ ਯੁੱਗ ਕਹਿ ਦਿੰਦੇ ਹਾਂ ਅਤੇ 13ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਸਮੇਂ ਨੂੰ ਉੱਤਰ ਮੱਧਕਾਲੀਨ ਯੁੱਗ ਮੰਨਿਆ ਜਾਂਦਾ ਹੈ, ਠੀਕ ਹੈ। ਇਹ 'ਚੋਂ ਮੇਨ ਮੇਨ ਚੀਜ਼ਾਂ ਤੁਸੀਂ ਯਾਦ ਰੱਖ ਲਿਓ। ਹਾਂਜੀ, ਨੈਕਸਟ ਕੁਐਸਚਨ ਨੰਬਰ 3। ਹੇਠ ਦਿੱਤੀ ਤਸਵੀਰ ਇੱਕ ਸਮਾਰਕ ਦੀ ਹੈ ਜਿਸ ਨੂੰ ਇੱਕ ਸਮਰਾਟ ਨੇ ਉਦੋਂ ਆਪਣੀ ਰਾਜਧਾਨੀ ਵਿੱਚ ਬਣਵਾਇਆ ਸੀ ਜਦੋਂ ਉਸਨੇ ਗੁਜਰਾਤ ਨੂੰ ਜਿੱਤਿਆ ਸੀ। ਇਸ ਨੂੰ ਪਛਾਣੋ ਅਤੇ ਦੱਸੋ ਕਿ ਇਸ ਦਾ ਸੰਬੰਧ ਇਤਿਹਾਸ ਦੇ ਕਿਸ ਕਾਲ ਨਾਲ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਇੱਧਰੋਂ ਪਿਕਚਰ ਦੇਖਣੀ ਪਊਗੀ, ਫਿਰ ਇਹਨੂੰ ਪਛਾਣਨਾ ਪਵੇਗਾ ਕਿ ਇਹ ਪਿਕਚਰ ਹੈ ਕਿਸ ਦੀ, ਹੈ ਨਾ। ਹੁਣ ਇਹ ਪਿਕਚਰ ਕਾਹਦੀ ਆ? ਇਹ ਹੈਗੀ ਆ ਬੁਲੰਦ ਦਰਵਾਜ਼ਾ, ਠੀਕ ਹੈ। ਬੁਲੰਦ ਦਰਵਾਜ਼ਾ ਅਤੇ ਇਹ ਕਿੱਥੇ ਹੈਗੀ ਆ? ਫਤਿਹਪੁਰ ਸੀਕਰੀ 'ਚ। ਅਤੇ ਇਸਨੂੰ ਕਿਸਨੇ ਬਣਾਇਆ ਸੀ? ਅਕਬਰ ਨੇ ਬਣਾਇਆ ਸੀ ਜਦੋਂ ਉਸਨੇ ਗੁਜਰਾਤ ਨੂੰ ਜਿੱਤਿਆ ਸੀ।
ਤੇ ਫਿਰ ਉਹ ਸਮਾਂ ਵੀ ਕਿਹੜਾ ਸੀ? ਮੱਧਕਾਲੀਨ। ਠੀਕ ਹੈ, ਮੱਧਕਾਲੀਨ ਸਮਾਂ ਸੀ। ਹਾਂਜੀ, ਨੈਕਸਟ ਕੁਐਸਚਨ, ਕੁਐਸਚਨ ਨੰਬਰ 4। ਇੱਕ ਦਿਨ ਮੋਹਨ ਸਿੰਘ ਨੇ ਆਪਣੇ ਪੁੱਤਰ ਰਵਿੰਦਰ ਸਿੰਘ ਨੂੰ ਬਾਜ਼ਾਰ ਤੋਂ ਮੂੰਗਫਲੀਆਂ ਖਰੀਦ ਕੇ ਲਿਆਉਣ ਲਈ ਕਿਹਾ। ਜਦੋਂ ਰਵਿੰਦਰ ਨੇ ਦੁਕਾਨਦਾਰ ਨੂੰ ਮੂੰਗਫਲੀਆਂ ਦੇਣ ਲਈ ਕਿਹਾ ਤਾਂ ਉਸਨੇ ਬਹੁਤ ਹੀ ਪੁਰਾਣੇ ਕਾਗਜ਼ ਦੇ ਇੱਕ ਲਿਫਾਫੇ ਜਿਸ ਉੱਤੇ ਕਿਸੇ ਪੁਰਾਤਨ ਭਾਸ਼ਾ ਵਿੱਚ ਲਿਖਿਆ ਹੋਇਆ ਸੀ ਵਿੱਚ ਪਾ ਕੇ ਦੇ ਦਿੱਤੀਆਂ। ਰਾਹ ਵਿੱਚ ਉਸਦੇ ਸਮਾਜਿਕ ਦੇ ਅਧਿਆਪਕ ਮਿਲ ਗਏ। ਉਹਨਾਂ ਦੀ ਨਜ਼ਰ ਕਾਗਜ਼ ਦੇ ਲਿਫਾਫੇ 'ਤੇ ਪਈ ਤਾਂ ਉਹਨਾਂ ਨੇ ਕਿਹਾ ਕਿ ਤੂੰ ਤਾਂ ਇਤਿਹਾਸ 'ਤੇ ਇੱਕ ਮਹੱਤਵਪੂਰਨ ਸਰੋਤ ਦੇ ਬਣੇ ਲਿਫਾਫੇ ਵਿੱਚ ਮੂੰਗਫਲੀਆਂ ਪਾ ਕੇ ਲਈ ਜਾ ਰਿਹਾ ਹੈ। ਅਧਿਆਪਕ ਸਾਹਿਬ ਕਿਹੜੇ ਸਰੋਤ ਦੀ ਗੱਲ ਕਰ ਰਹੇ ਸੀ? ਹਾਂਜੀ, ਨੰਬਰ 1 ਇਤਿਹਾਸਿਕ ਦਸਤਾਵੇਜ਼, ਨੰਬਰ 2 ਸਮਾਰਕ, ਨੰਬਰ 3 ਪੁਰਾਤੱਤਵ ਸਰੋਤ, ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ। ਸਰੋਤ ਦੀ ਉਹ ਗੱਲ ਕਰ ਰਹੇ ਸੀ ਉਹ ਹੈਗਾ ਇਤਿਹਾਸਿਕ ਦਸਤਾਵੇਜ਼। ਇੱਦਾਂ ਇੱਕ ਪਿਕਚਰ ਵੀ ਦਿਖਾਈ ਗਈ ਆ। ਜਿਹੜੇ ਦਸਤਾਵੇਜ਼ ਸੀਗੇ ਉਹ ਪੁਰਾਣੇ ਸਮੇਂ ਦੇ ਵਿੱਚ ਅਲੱਗ ਅਲੱਗ ਜਿਹੜੇ ਸ਼ਾਸਕ ਹੁੰਦੇ ਸੀ ਜਦੋਂ ਕੋਈ ਆਪਸ ਦੇ ਵਿੱਚ ਉਹ ਸੰਧੀਆਂ ਕਰਦੇ ਸੀ ਜਾਂ ਕੋਈ ਵੀ ਜਿਹੜੀ ਜਾਣਕਾਰੀ ਹੁੰਦੀ ਸੀ ਉਹ ਇਹਨਾਂ ਦੇ ਉੱਪਰ ਨੋਟ ਡਾਊਨ ਕਰ ਲੈਂਦੇ ਸੀ। ਅਤੇ ਇਹੀ ਆਪਣੇ ਇਤਿਹਾਸ ਨੂੰ ਜਾਣਨ ਦਾ ਇੱਕ ਸਰੋਤ ਵੀ ਹੈਗਾ। ਠੀਕ ਹੈ ਜੀ, ਕੁਐਸਚਨ ਨੰਬਰ 5। ਇਹ ਇੱਕ ਵਿਦੇਸ਼ੀ ਯਾਤਰੀ ਸੀ ਜਿਹੜਾ ਮੁਹੰਮਦ ਬਿਨ ਤੁਗਲਕ ਦੇ ਰਾਜਕਾਲ ਵਿੱਚ ਭਾਰਤ ਆਇਆ ਸੀ। ਇਸ ਨੇ ਉਸ ਸਮੇਂ ਦਾ ਵਿਰਤਾਂਤ ਲਿਖਿਆ ਸੀ। ਕੀ ਤੁਸੀਂ ਇਸ ਲੇਖ ਦਾ ਨਾਮ ਜਾਣਦੇ ਹੋ? ਹਾਂਜੀ, ਹੁਣ ਮੁਹੰਮਦ ਬਿਨ ਤੁਗਲਕ ਨੂੰ ਪੜ੍ਹਿਆ ਲਿਖਿਆ ਮੂਰਖ ਵੀ ਕਿਹਾ ਜਾਂਦਾ ਆ। ਠੀਕ ਹੈ, ਕਿਉਂਕਿ ਉਸਨੇ ਜਿੰਨੀਆਂ ਵੀ ਯੋਜਨਾਵਾਂ ਬਣਾਈਆਂ ਉਸ ਸਮੇਂ ਉਹ ਸਾਰੀਆਂ ਤਕਰੀਬਨ ਫੇਲ ਹੋਈਆਂ ਸੀ, ਹੈ ਨਾ। ਅਤੇ ਉਸ ਦੇ ਸਮੇਂ 'ਤੇ ਇੱਕ ਵਿਦੇਸ਼ੀ ਯਾਤਰੀ ਆਇਆ ਸੀ, ਉਹਦਾ ਨਾਮ ਸੀ ਇਬਨ ਬਤੂਤਾ। ਅਤੇ ਉਹਨੇ ਇੱਕ ਬੁੱਕ ਲਿਖੀ ਸੀ, ਕਿਤਾਬ ਉਲ ਰਿਹੇਲਾ। ਠੀਕ ਹੈ, ਇਹ ਲੇਖ ਉਹਨੇ ਲਿਖਿਆ ਸੀ, ਕਿਤਾਬ ਉਲ ਰਿਹੇਲਾ। ਠੀਕ ਹੈ, ਕੁਐਸਚਨ ਨੰਬਰ 6। ਮੰਨ ਲਓ ਤੁਹਾਡੇ ਅਧਿਆਪਕ ਨੇ ਤੁਹਾਨੂੰ ਮੱਧਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇੱਕ ਲੇਖ ਲਿਖਣ ਲਈ ਕਿਹਾ ਹੈ, ਤੁਸੀਂ ਇਸ ਸੰਬੰਧੀ ਜਾਣਕਾਰੀ ਕਿੱਥੋਂ ਪ੍ਰਾਪਤ ਕਰੋਗੇ? ਪਹਿਲਾਂ ਉਸ ਸਮੇਂ ਦੇ ਸਮਾਰਕਾਂ ਦੀ ਸੈਰ ਕਰਕੇ, ਦੂਸਰਾ ਅਜਾਇਬ ਘਰ ਵਿੱਚ ਉਸ ਸਮੇਂ ਨਾਲ ਸੰਬੰਧਿਤ ਸਿੱਕੇ ਦੇਖ ਕੇ, ਅਜਾਇਬ ਘਰ ਵਿੱਚ ਉਸ ਸਮੇਂ ਨਾਲ ਸੰਬੰਧਿਤ ਸਿੱਕੇ ਦੇਖ ਕੇ, ਉਸ ਸਮੇਂ ਨਾਲ ਸੰਬੰਧਿਤ ਪੁਸਤਕਾਂ ਪੜ੍ਹ ਕੇ ਜਾਂ ਉਪਰੋਕਤ ਸਾਰੇ। ਠੀਕ ਹੈ, ਸੋ ਜੇ ਤੁਸੀਂ ਲੇਖ ਲਿਖਣਾ ਹੈ ਮੱਧਕਾਲ ਬਾਰੇ ਤਾਂ ਤੁਹਾਨੂੰ ਇਹ ਸਾਰਾ ਕੁਛ ਹੀ ਕਰਨਾ ਪਏਗਾ। ਤੁਹਾਨੂੰ ਉਸ ਸਮੇਂ ਦੇ ਸਮਾਰਕ ਵੀ ਦੇਖਣੇ ਪੈਣਗੇ, ਉਸ ਤੋਂ ਬਾਅਦ ਉਸ ਦੇ ਨਾਲ ਸੰਬੰਧਿਤ ਸਿੱਕੇ ਦੇਖਣੇ ਪੈਣਗੇ, ਉਸ ਨਾਲ ਸੰਬੰਧਿਤ ਪੁਸਤਕਾਂ ਵੀ ਪੜ੍ਹਨੀਆਂ ਹੀ ਪੈਣਗੀਆਂ, ਤਾਂ ਹੀ ਆਪਾਂ ਨੂੰ ਉਸ ਸਮੇਂ ਬਾਰੇ ਪਤਾ ਲੱਗੇਗਾ। ਠੀਕ ਹੈ ਜੀ, ਕੁਐਸਚਨ ਨੰਬਰ 7। ਇਹ ਇੱਕ ਚੀਨੀ ਯਾਤਰੀ ਸੀ ਜਿਹੜਾ ਭਾਰਤ ਵਿੱਚ ਬੁੱਧ ਧਰਮ ਦਾ ਗਿਆਨ ਪ੍ਰਾਪਤ ਕਰਨ ਲਈ ਆਇਆ ਸੀ। ਚੀਨੀ ਲੋਕ ਪਹਿਲਾਂ ਭਾਰਤ ਨੂੰ ਤਾਇਨ ਚੂ ਆਖਦੇ ਸਨ। ਕੀ ਆਖਦੇ ਸੀ? ਤਾਇਨ ਚੂ। ਪਰ ਇਸ ਯਾਤਰੀ ਦੀ ਯਾਤਰਾ ਤੋਂ ਬਾਅਦ ਭਾਰਤ ਨੂੰ ਹੋਡੂ ਕਿਹਾ ਜਾਣ ਲੱਗਾ। ਕੀ ਤੁਸੀਂ ਇਸ ਯਾਤਰੀ ਦਾ ਨਾਂ ਜਾਣਦੇ ਹੋ? ਹਾਂਜੀ, ਇੱਧਰ ਪਿਕਚਰ ਵੀ ਦਿੱਤੀ ਹੋਈ ਆ। ਠੀਕ ਹੈ, ਹਾਂਜੀ, ਹੁਣ ਇਸ ਯਾਤਰੀ ਦਾ ਨਾਮ ਕੀ ਹੈਗਾ? ਯਾਤਰੀ ਦਾ ਨਾਮ ਹੈ ਹਿਊਨ ਸਾਂਗ। ਹਾਂਜੀ, ਜਦੋਂ ਚੀਨ ਦੇ ਵਿੱਚ ਬੁੱਧ ਧਰਮ ਦਾ ਪ੍ਰਸਾਰ ਹੋਇਆ ਸੀ ਤਾਂ ਚੀਨੀਆਂ ਨੇ ਭਾਰਤ ਨੂੰ ਕਿਸ ਚੀਜ਼ ਦਾ ਨਾਂ ਦਿੱਤਾ ਸੀ? ਤਾਇਨ ਚੂ ਦਾ। ਠੀਕ ਹੈ, ਠੀਕ ਹੈ, ਜਦੋਂ ਭਾਰਤ ਦੇ ਵਿੱਚ ਹਿਊਨ ਸਾਂਗ ਨੇ ਯਾਤਰਾ ਕੀਤੀ ਸੀ ਤਾਂ ਉਸ ਤੋਂ ਬਾਅਦ ਵੈਸੇ ਜਿਹੜਾ ਭਾਰਤ ਨੂੰ ਇੰਟੂ ਕਿਹਾ ਜਾਣ ਲੱਗ ਗਿਆ ਸੀ। ਠੀਕ ਹੈ, ਭਾਰਤ ਨੂੰ ਇੰਟੂ ਕਿਹਾ ਜਾਣ ਲੱਗ ਗਿਆ ਸੀ। ਅਤੇ ਹੋਡੂ ਤਾਂ ਬਾਈਬਲ ਦੇ ਵਿੱਚ ਕਿਹਾ ਜਾਂਦਾ ਹੈ। ਠੀਕ ਹੈ, ਇੰਟੂ ਮੈਂ ਟਰਾਈ ਕਰਦੀ ਹਾਂ ਲਿਖਣ ਦੀ, ਤੁਹਾਨੂੰ ਕਲੀਅਰ ਹੋ ਜਾਵੇ ਜੇ ਇਸ ਤਰ੍ਹਾਂ ਆ ਬੋਡੀ ਹੈਗੇ ਦੀ। ਅਤੇ ਹੋਡੂ ਤਾਂ ਬਾਈਬਲ ਦੇ ਵਿੱਚ ਕਿਹਾ ਜਾਂਦਾ ਆ। ਠੀਕ ਹੈ, ਬਾਈਬਲ ਦੇ ਵਿੱਚ ਹੋਡੂ ਸ਼ਬਦ ਦੀ ਵਰਤੋਂ ਹੋਈ ਆ ਭਾਰਤ ਦੇ ਲਈ, ਪਰ ਜਦੋਂ ਹਿਊਨ ਸਾਂਗ ਆਇਆ ਸੀ ਉਸ ਤੋਂ ਬਾਅਦ ਉਹਦੀ ਯਾਤਰਾ ਤੋਂ ਬਾਅਦ ਭਾਰਤ ਨੂੰ ਇੰਟੂ ਕਿਹਾ ਜਾਣ ਲੱਗ ਗਿਆ ਸੀ। ਠੀਕ ਹੈ, ਨੰਬਰ 8। ਇਹ ਇੱਕ ਵੱਡੀ ਭੂਗੋਲਿਕ ਇਕਾਈ ਹੁੰਦੀ ਹੈ ਜਿਹੜੀ ਬਾਕੀ ਮਹਾਂਦੀਪਾਂ ਤੋਂ ਵੱਖਰੀ ਦਿਖਾਈ ਦਿੰਦੀ ਹੈ, ਇਸਨੂੰ ਕੀ ਕਿਹਾ ਜਾਂਦਾ ਹੈ? ਨੰਬਰ 1 ਖਾੜੀ, ਨੰਬਰ 2 ਉਪ ਮਹਾਂਦੀਪ, ਨੰਬਰ 3 ਦੀਪ, ਨੰਬਰ 4 ਘਾਟੀ। ਹਾਂਜੀ, ਇਹਦਾ ਆਂਸਰ ਕੀ ਹੈਗਾ? ਉਪ ਮਹਾਂਦੀਪ। ਹਾਂਜੀ, ਕੁਐਸਚਨ ਨੰਬਰ 9। ਇਸ ਸਦੀ ਵਿੱਚ ਭਾਰਤ ਵਿੱਚ ਬਹੁਤ ਸਾਰੇ ਬਦਲਾਅ ਆਏ। ਭਾਰਤੀ ਸੰਸਕ੍ਰਿਤੀ ਵਿੱਚ ਵਿਦੇਸ਼ਾਂ ਤੋਂ ਆਏ ਲੋਕਾਂ ਨੇ ਆਪਣਾ ਪ੍ਰਭਾਵ ਪਾਇਆ। ਇਸ ਸਮੇਂ ਤੋਂ ਕਈ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ। ਇਸੇ ਕਾਰਨ ਇਸ ਸਦੀ ਨੂੰ ਪਰਿਵਰਤਨ ਦੀ ਸਦੀ ਕਿਹਾ ਜਾਂਦਾ ਹੈ। ਇਹ ਕਿਹੜੀ ਸਦੀ ਹੈ? ਪਹਿਲਾਂ ਹੀ ਪੜ੍ਹ ਕੇ ਆਏ ਆਪਾਂ, ਇਹ ਹੈਗੀ ਹੈ 8ਵੀਂ ਸਦੀ। ਕੁਐਸਚਨ ਨੰਬਰ 10। ਤੁਹਾਡੇ ਸਕੂਲ ਦੇ ਵਿੱਚ ਇੱਕ ਨਾਟਕ ਖੇਡਿਆ ਗਿਆ। ਇਸ ਵਿੱਚ ਇੱਕ ਵਿਦਿਆਰਥੀ ਨੇ ਸੰਗੀਤਕਾਰ ਦੀ ਭੂਮਿਕਾ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਇਹ ਸੰਗੀਤਕਾਰ ਅਕਬਰ ਦੇ ਦਰਬਾਰ ਦੇ 9 ਰਤਨਾਂ ਵਿੱਚੋਂ ਇੱਕ ਸੀ। ਕੀ ਤੁਸੀਂ ਜਾਣ ਗਏ ਹੋ ਕਿ ਇਹ ਮਹਾਨ ਸੰਗੀਤਕਾਰ ਕੌਣ ਸੀ? ਹਾਂਜੀ, ਆਪਸ਼ਨ ਦਿੱਤੀਆਂ ਹੋਈਆਂ, ਅਬੁਲ ਫਜ਼ਲ, ਤਾਨਸੇਨ, ਹਰੀਦਾਸ ਅਤੇ ਫਿਰਦੌਸੀ। ਹਾਂਜੀ, ਹੁਣ ਇਹ ਸੀ ਤਾਨਸੇਨ। ਸੋ ਇਹ ਸੀ ਤੁਹਾਡਾ ਚੈਪਟਰ ਨੰਬਰ 10 ਹਿਸਟਰੀ ਦਾ। ਅਤੇ ਜੇ ਤੁਹਾਨੂੰ ਵੀਡੀਓ ਲੈਸਨਸ ਵਧੀਆ ਲੱਗਦੇ ਆ ਤਾਂ ਇਹਨਾਂ ਨੂੰ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ। ਠੀਕ ਹੈ, ਰਿਵੀਜ਼ਨ ਕਰ ਲਓ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ। ਠੀਕ ਹੈ, ਤਾਂ ਕਿ ਤੁਹਾਨੂੰ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਮਿਲਦੇ ਰਹਿਣ। ਓਕੇ ਸਟੂਡੈਂਟਸ, ਟੇਕ ਕੇਅਰ, ਥੈਂਕ ਯੂ ਸੋ ਮੱਚ।